ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ, ਠੀਕ ਠਾਕ ਹੋ ਸਾਰੇ? ਅੱਜ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ। ਜਿਵੇਂ ਕਿ ਹੁਣ ਆਪਾਂ ਸ਼ੋਪ 'ਤੇ ਬੈਠੇ ਹਾਂ, ਆਪਣੇ ਕੋਲ ਕਸਟਮਰ ਆਉਂਦਾ ਹੈ ਨਾ, ਉਹ ਆ ਕੇ ਕਹਿੰਦੀਆਂ ਨੇ ਵੀ ਸਾਡੇ ਇੱਦਾਂ ਦੀ ਫਿਟਿੰਗ ਹੋਣੀ ਚਾਹੀਦੀ ਆ ਵੀ ਇੱਕ ਗਲਾਫ ਦੀ ਤਰ੍ਹਾਂ ਸ਼ੂਟ ਫਿੱਟ ਆ ਜੀ, ਹੈ ਨਾ। ਅੱਜ ਮੈਂ ਤੁਹਾਨੂੰ ਉਹ ਗਲਾਫ ਫਿਟਿੰਗ ਕਿੱਦਾਂ ਦੀ ਹੁੰਦੀ ਆ ਉਹ ਇਹਦੇ ਵਿੱਚ ਦੱਸਦੀ ਹਾਂ। ਵੈਸੇ ਮੈਂ ਕਟਿੰਗ ਦੀ ਵੀਡੀਓ ਪਾਈ ਹੈ, ਜੇ ਤੁਸੀਂ ਕਹੋਗੇ ਤਾਂ, ਜੇ ਤੁਸੀਂ ਮੈਨੂੰ ਕਮੈਂਟ ਕਰੋਗੇ ਹੈ ਨਾ ਵੀ ਸਾਨੂੰ ਸਟਿਚਿੰਗ ਵੀ ਚਾਹੀਦੀ ਹੈ, ਤਾਂ ਮੈਂ ਸਟਿਚਿੰਗ ਦੀ ਵੀਡੀਓ ਵੀ ਪਾ ਦੂੰਗੀ। ਬਟ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਦੱਸੂੰਗੀ ਵੀ ਗਲਾਫ ਦੀ ਤਰ੍ਹਾਂ ਫਿਟਿੰਗ ਆਪਾਂ ਕਿਵੇਂ ਲਿਆਉਣੀ ਆ। ਆਪਾਂ ਗਲਾਫ ਮਤਲਬ ਕਈਆਂ ਨੂੰ ਪਤਾ ਹੋਊਗਾ ਨਾ, ਜਿਵੇਂ ਆਪਾਂ ਕਹਿੰਦੇ ਹਾਂ ਮੰਜੇ ਦੇ ਗਲਾਫ ਹੋ ਗਿਆ, ਰਜਾਈ ਗਦੈਲੇ ਦੇ ਗਲਾਫ ਹੋ ਗਿਆ, ਉੱਦਾਂ ਦੀ ਤਰ੍ਹਾਂ ਫਿਟਿੰਗ ਆਊਗੀ। ਮਤਲਬ ਜਿਵੇਂ ਕਿ ਆਪਣਾ ਸਰੀਰ ਹੋਊਗਾ ਨਾ ਸ਼ੇਪ 'ਚ, ਉਸੇ ਸ਼ੇਪ ਦੇ ਵਿੱਚ ਹੀ ਕਮੀਜ਼ ਆਊਗਾ ਆਪਣਾ। ਇਤਨੀ ਘੈਂਟ ਫਿਟਿੰਗ ਆਊਗੀ ਨਾ, ਹਿੰਦੀ ਆ ਗਈ ਸੀ, ਇੰਨੀ ਘੈਂਟ ਫਿਟਿੰਗ ਆਊਗੀ ਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੋਣੇ। ਅਤੇ ਨਾ ਹੀ ਇਹ ਤਰੀਕਾ ਅੱਜ ਤੱਕ ਮੈਨੂੰ ਲੱਗਦਾ ਵੀ ਕਿਸੇ ਨੇ ਦੱਸਿਆ ਹੋਣਾ ਮੇਰੇ ਤੋਂ ਇਲਾਵਾ। ਮੈਂ ਪੂਰਾ ਸਿਰਾ ਟੇਲਰ ਹਾਂ। ਬੇਫਿਕਰ ਹੋ ਕੇ ਵੀਡੀਓ ਦੇਖੋ, ਦੇਖ ਕੇ ਮੈਨੂੰ ਦੱਸੋ ਵੀ ਕਿੱਦਾਂ ਦੀ ਲੱਗੀ। ਜੇ ਤੁਸੀਂ ਸਟਿਚਿੰਗ ਦੀ ਵੀਡੀਓ ਚਾਹੁੰਦੇ ਹੋ ਵੀ ਮੈਂ ਪਾਵਾਂ, ਤਾਂ ਮੈਂ ਪਾ ਦੂੰਗੀ। ਅਤੇ ਰਹੀ ਗੱਲ, ਕਈ ਮੈਨੂੰ ਭੈਣਾਂ ਦੇ ਕਮੈਂਟ ਆ ਰਿਹਾ ਵੀ ਤੁਸੀਂ ਹਿੰਦੀ 'ਚ ਵੀਡੀਓ ਬਣਾਓ। ਯਾਰ ਮੈਨੂੰ ਹਿੰਦੀ ਬੋਲਣੀ ਬਾਲਣੀ ਤਾਂ ਆਉਂਦੀ ਨਹੀਂ ਇੰਨੀ, ਹੈ ਨਾ, ਕਿਉਂਕਿ ਮੈਂ ਤਾਂ ਪੰਜਾਬੀ ਮਸਾਂ ਹੀ ਬੋਲਦੀ ਹਾਂ। ਇੱਕ ਤਾਂ ਪਹਿਲਾਂ ਹੀ ਮੂੰਹ ਟੁੱਟਿਆ ਹੋਇਆ, ਉਹ ਵੀ ਮਸਾਂ ਅੜ ਅੜ ਕੇ ਨਿਕਲਦੀ ਹੈ ਪੰਜਾਬੀ ਵੀ। ਅਤੇ ਤਾਂ ਕਰਕੇ ਮੈਂ ਦੇਖਦੀ ਹਾਂ, ਕੋਸ਼ਿਸ਼ ਜ਼ਰੂਰ ਕਰੂੰਗੀ ਮੈਂ ਲਾਈਨਿੰਗ ਵਾਲੇ ਸ਼ੂਟ ਦਾ। ਮੈਨੂੰ ਕਾਫੀ ਭੈਣਾਂ ਦੇ ਕਮੈਂਟ ਆਏ ਸੀਗੇ, ਫੋਨ ਵੀ ਆਏ ਕੱਲ੍ਹ ਵੀ ਤੁਸੀਂ ਹਿੰਦੀ 'ਚ ਵੀਡੀਓ ਬਣਾ ਕੇ ਪਾਓ। ਅਤੇ ਦੇਖਦੀ ਹਾਂ ਮੈਂ, ਜੇ ਬਣੀ ਤਾਂ ਮੈਂ ਜ਼ਰੂਰ ਪਾਊਂਗੀ, ਅਤੇ ਨਾ ਬਣੀ ਤਾਂ ਭੈਣੋ ਫਿਰ ਰੱਬ ਰੱਖਾ, ਪੰਜਾਬੀ 'ਚ ਦੇਖ ਲਿਆ ਕਰੋ। ਠੀਕ ਹੈ, ਓਕੇ ਜੀ। ਆਪਾਂ ਸੂਟ ਦੀ ਕਟਿੰਗ ਕਰਨ ਲੱਗੇ ਹਾਂ, ਫੁੱਲ ਹੈਵੀ ਸਾਈਜ਼। ਠੀਕ ਹੈ, ਜਿਹੜਾ ਕਿ ਆਪਣੇ ਕੋਲ ਕੱਪੜਾ ਹੈਗਾ ਇਹ 3.5 ਮੀਟਰ ਦਾ, ਚੈੱਕ ਕਰ ਲਓ। ਦੇਖੋ, ਇੱਕ, ਦੋ, ਅਤੇ ਆ ਹੈਗਾ 3, ਅਤੇ ਆ ਹੈਗਾ 3.5 ਮੀਟਰ। ਹੁਣ ਆਪਣੇ ਕੋਲ ਕਸਟਮਰ ਦਾ ਨਾਪ ਹੈਗਾ 42 ਇੰਚ ਕਮੀਜ਼ ਦੀ ਲੈਂਥ ਆ, 26-26 ਇੰਚ ਹੈਗੀ ਆ ਛਾਤੀ ਅਤੇ ਹਿੱਪ। ਹੁਣ ਤੁਸੀਂ ਇਹ ਕਰਨਾ ਵੀ ਕੱਪੜਾ ਪਹਿਲਾਂ ਮਿਲ ਲੈਣਾ, ਆ ਦੇਖੋ ਚੌੜੇ ਪਾਣੇ ਵਾਲਾ ਜਿਹੜਾ ਹੁੰਦਾ ਆਪਣੇ ਕੋਲ ਸੂਟ, ਇਹ ਟੋਟਲੀ 26 ਇੰਚ ਆ। ਆਪਾਂ ਨੂੰ ਹੁਣ 42 ਅਤੇ 3 ਇੰਚ ਐਕਸਟਰਾ ਪਲੱਸ ਹੈ ਨਾ, 45-45 ਦੀਆਂ ਦੋ ਲੰਬਾਈਆਂ ਲਾਉਣੀਆਂ ਪੈਣਗੀਆਂ। ਦੇਖੋ 45-45 ਦੇ ਦੋ ਆਪਣੀਆਂ ਇੱਥੇ ਹੋ ਗਈਆਂ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਪਿੱਛੇ ਕੱਪੜਾ ਦੇਖਣਾ ਵੀ ਆਪਣੇ ਕੋਲ ਕਿੰਨਾ ਬਚ ਗਿਆ। ਠੀਕ ਹੈ, ਇੱਥੇ ਆਪਾਂ ਕੱਟ ਲਾ ਲਓ ਇੱਕ, ਆਪਣੀ ਸਲਵਾਰ ਬਣੀ ਜਾਣੀ ਇਹਦੇ ਵਿੱਚੋਂ। ਇਹਦੀ ਕਰ ਲਓ ਕਟਿੰਗ। ਆਹ ਹੁਣ ਆਪਣੇ ਕੋਲ ਟੋਟਲ ਕੱਪੜਾ ਬਚ ਗਿਆ, ਮੈਨੂੰ ਲੱਗਦਾ 1 ਮੀਟਰ ਹੋਊਗਾ ਸ਼ਾਇਦ, 1 ਮੀਟਰ ਤੋਂ ਵੱਧ ਆ, 49 ਇੰਚ ਕੱਪੜਾ ਬਚ ਗਿਆ। ਹੁਣ ਆਪਾਂ ਨੂੰ ਬਸ ਨੋਰਮਲ ਜਿਵੇਂ ਆਪਾਂ ਕਮੀਜ਼ ਦੀ ਚੜਾਈ ਲਾਉਣੀ ਹੁੰਦੀ ਹੈ ਨਾ, ਉਵੇਂ ਲਾ ਦਿਓ। ਜੇ ਤਾਂ ਆਪਾਂ ਕੋਈ ਲੈਸ ਵਗੈਰਾ ਲਾਉਣੀ ਹੈ ਫਿਰ ਆਪਾਂ 4 ਇੰਚ ਐਕਸਟਰਾ ਲਾ ਸਕਦੇ ਹਾਂ, ਜੇ ਆਪਾਂ ਲੈਸ ਵਗੈਰਾ ਕੋਈ ਨਹੀਂ ਲਾਉਣੀ ਫਿਰ ਆਪਾਂ 3 ਇੰਚ ਬਹੁਤ ਹੁੰਦਾ। ਤਾਂ ਇਹਨਾਂ ਨੂੰ ਪਤਾ ਨਹੀਂ ਕੀ ਅੱਗ ਲੱਗ ਜਾਂਦੀ ਆ। ਆਪਾਂ ਇਹ 29-29 ਇੰਚ ਦੀ ਚੜਾਈ ਲਾ ਲਾਂਗੇ। ਆਹ ਦੇਖੋ, ਹੁਣ ਆਪਾਂ ਲੱਗਿਆ ਤੀਰੇ ਮੋਢੇ ਦਾ ਨਿਸ਼ਾਨ ਲਾਉਣ। ਠੀਕ ਹੈ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਘੈਂਟ ਚੀਜ਼ ਦੱਸਣ ਲੱਗੀ ਹਾਂ। ਇਹਨਾਂ ਦੀ ਛਾਤੀ ਹੈਗੀ ਹੈ 26 ਇੰਚ, ਕਮਰ ਹੈਗੀ ਹੈ 23 ਇੰਚ, ਅਤੇ ਹਿੱਪ ਵੀ 26 ਇੰਚ। ਠੀਕ ਹੈ, ਹੁਣ ਆਪਾਂ ਕਰਾਂਗੇ ਇਹਨਾਂ ਦੇ 7 ਇੰਚ ਲਾਵਾਂਗੇ ਆਪਾਂ ਤੀਰਾ, ਅਤੇ ਇਹ ਰੱਖਾਂਗੇ ਆਪਾਂ 1.5 ਇੰਚ, 1.25 ਇੰਚ ਫਰੰਟ ਵਾਲਾ ਪੱਲਾ ਛੋਟਾ, 7 ਚੌੜਾਈ
ते सात ही लावांगे अपन लंबाई। अजे तो जो तुम सत्त लाया तुम पौने सत्त ला सकते हो, साढ़े छे भी ला सकते हो। ठीक है, मैं रखूँगी पौने सत्त, 26 इंच। आ देखो इधर ला लिया मैं 13 इंच, 26 इंच। हूँ आप पानी है काट, इन्हों काट पाऊगी 2.5 इंच की। इतों जोड़ा आप 7 इंच का डब्बा बनाया ना, वह चो पाऊगी 2.5 इंच की। प्लेटा उन्होंने है 12 इंच से, ये लावे आप 12.5 से निशान। एक बार आप सिर्फ निशान ही लाया मैं, बाकी मैं फिर दूजे पासे करके दिखाऊंगी। ठीक है, तो इतों हैगा उन्होंने 26, इतों रखेंगे आप 7.5 इंच। जी फ्रंट वाले पल की काट पावे, जोड़ा पा निशान लाने होंगे ना, वो नो 1/2 इंच उरले पासे, बस यही चीज़ तुम ध्यान रखा करो ए करके। ठीक है, हूँ मैं लाव प्लेटा के निशान, ये अपने दोने हो गए, बस आही चीज़ होंगी। ये मैंने पूछ रहे थे भी 7 इंच 6.5 इंच क्यों रखते हो, है ना, जे किसी का बैक वाला गला डीप है आ चीज़ घटी जाऊगी, बैक वाला गला जोड़ा वो घट डीप पाते बोट नैक पाते आ चीज़ बधी जाऊगी। वैसे तो ना मैं घरों हूँ ही आई हाँ, एडा कोई खास मैं आके कम नहीं किया, पर पता नहीं क्यों शरीर थकावट जी मन रहा, मैं लगता शुगर लग ना। एंड तक जरूर देखो, मैं बहुत ही घेंट चीज़ दसूँगी इसनों। हम देखो प्लेटा का निशान ला लिया से, अपना प्लेटा इन्हें लावे आप 8 इंच से 4 इंच की चौड़ाई। ठीक है, तो लंबाई इन्हों की रखा आप 7.5 इंच 8 इंच। ठीक है, इस रोट आप निशान लगता ला, हूँ इतों लावे आप 3 इंच का निशान, तो आ वाला सीधा करके 2.5 इंच का निशान। आ प्लेट का अद्ध कर लो, पौने चार इतने आ गया ना, पौने चार, तो आ प्लेट नो इतों ए उपर नाल मिला दो ए करके। ये पता नहीं कहे कपड़ा उ भजा करता, वैसे है तो घेंट कॉटन ये। हम देखो छाती आ रही है 26 इंच, कमर आ रही है 23 इंच 23 इंच इतने आ रही है। ठीक है, हूँ जे आप एस लोट निशान लावे, एस लोट निशान लावे, हिप की सीन आ रही है 15 इंच इतों 26 इंच। तो ये देखो भी जे आप ए निशान ला के फिटिंग वाली सीन ए लावे तो देखो कस्टमर की फिटिंग किमें आऊगी, सोचो। हूँ सुनो मैं एक चीज़ होर दस दी हाँ, ये की हों जो अपन कस्टमर कहता ना भी साढ़े शूट गलाफ की तरह आ गया, है ना, वो गलाफ की तरह आप शूट किमें लेके आना। हूँ आप निशान लाना, आ जिथे आप छाती का निशान लाया सी 4 इंच नीचे। ठीक है, आ लग गया 4 इंच नीचे लग गया ना, हूँ आप इतों 26 रखा, इतों भी आप 26 रखा एवें, इतों जमा सीधा ए करके निशान होगा। उस तो बाद आ गया आ अपना निशान कमर का, आ अपना निशान कमर का आ गया ना इतों। हूँ की करना आपां, इनू इतों ए करके मिलाना, हूँ तुम ये देखो भी ये अजीब जी आ गई ना फिटिंग, इनू इदा नहीं करना, इतों आप की करना ए करके हल्की जी ए गलाई दे देनी है। हम अपना निशान केड़ा सही होगा, फरोजी वाला आ वाली। ठीक है, हम ये मैं करता कटिंग फिर सुनो समझाउनी आ। प्लेटा के निशान बस आप उही सूई नाल लावांगे, हुण तुसीं ये देखो भी आप निशान किवें लाया, तो ये इदा ही तुसीं फिटिंग वाली सीन ला के देखो फिर किदां दी। जिहड़ा अपने कोल कपड़ा बचा सीगा हुण इहदी आपां करांगे सलवार की कटिंग।
ਆਪਾਂ ਕੀ ਕਰਨਾ ਇਧਰੋਂ 10 ਇੰਚ ਦਾ ਨਿਸ਼ਾਨ ਲਾ ਲਾਂਗੇ ਆਸਨ ਦਾ ਬੰਦ ਵਾਲੇ ਪਾਸਿਓਂ ਤੇ ਇਧਰੋਂ ਲਾ ਲਾਂਗੇ ਆਪਾਂ 33 ਇੰਚ ਦਾ ਨਿਸ਼ਾਨ ਠੀਕ ਹੈ ਹੁਣ ਇੱਥੋਂ ਲਾਵਾਂਗੇ ਆਪਾਂ ਜਿੰਨਾ ਵੀ ਆਪਾਂ ਪੌਂਚਾ ਰੱਖਣਾ 2 ਇੰਚ ਜਾਂ 2.5 ਇੰਚ ਮੈਂ ਰੱਖੂੰਗੀ 2.5 ਇੰਚ ਜਿੰਨਾ ਵੀ ਆਪਾਂ ਕੁੰਦਾ ਰੱਖਣਾ ਪੌਂਚਾ ਆਪਣਾ ਉਧਰੋਂ ਲੈ ਗਿਆ ਸੀ ਜੇ ਉਧਰੋਂ ਘੱਟ ਰਹਿੰਦਾ ਤਾਂ ਇਧਰੋਂ ਆਪਾਂ ਵੱਧ ਲਾ ਸਕਦੇ ਹਾਂ ਨਹੀਂ ਆਪਾਂ ਇਧਰੋਂ 2.5 2 ਬਹੁਤ ਹੁੰਦੇ ਹੁਣ ਆਪਾਂ ਇਹਨੂੰ ਚੱਕਾਂਗੇ ਇਹਦੇ ਉੱਪਰ ਰੱਖ ਲਾਂਗੇ ਇੱਕ ਕੁੰਦੇ ਦਾ ਨਿਸ਼ਾਨ ਲਾ ਕੇ ਜਿਹੜੀ ਆਪਣੀ ਸਲਵਾਰ ਹੁੰਦੀ ਆ ਨਾ ਇਹ 1.25 ਮੀਟਰ ਚ ਵਧੀਆ ਬਣ ਜਾਂਦੀ ਆ ਥੱਲੇ ਕੁੰਦੇ ਕੁੰਦੇ 1.25 ਮੀਟਰ ਚ ਨਿਕਲੇ ਹੁੰਦੇ ਆ ਆ ਹੋਗੀ ਸਲਵਾਰ ਦੀ ਕਟਿੰਗ ਤੇ ਆ ਆਪਣਾ ਕਮੀਜ਼ ਦੇ ਨਾਲੋਂ ਲਿਆ ਸੀਗਾ ਇਹਦੇ ਆਪਾਂ ਇੱਕ ਤਾਂ ਕੱਢਣੇ ਆ ਪੌਂਚੇ ਤੇ ਇੱਕ ਕੱਢਣੀ ਆ ਬਾਹ ਆ ਬੇਟੇ ਬਰੇ